ਤੁਸੀਂ ਦਿੱਲੀ ਵੱਲ ਨੂੰ ਦੁਬਾਰਾ 13 ਫਰਵਰੀ ਕੂਚ ਦਾ ਐਲਾਨ ਕੀਤਾ। ਸ਼ੰਭੂ ਬਾਰਡਰ ਸਾਡਾ ਪੰਜਾਬ ਦਾ ਜਿਹੜਾ ਮੇਨ ਬਾਰਡਰ ਹੈ, ਨਾਲ ਖਨੌਰੀ ਬਾਰਡਰ ਸਾਡਾ ਪੰਜਾਬ ਦਾ ਬਾਰਡਰ ਹੈ, ਔਰ ਅਗਲੇ ਪਾਸੇ ਸਾਡਾ ਡੱਬ ਵਾਲੀ ਪੰਜਾਬ ਅਤੇ ਹਰਿਆਣੇ ਦਾ ਰਾਜਸਥਾਨ ਦਾ ਦੋਵਾਂ ਦਾ ਸਾਂਝਾ ਬਾਰਡਰ ਪੈਣਾ ਹੈ। ਇਹਨਾਂ ਤਿੰਨਾਂ ਬਾਰਡਰਾਂ ਤੋਂ ਅਸੀਂ ਮਤਲਬ ਹਰਿਆਣੇ ਦੇ ਵਿੱਚ ਐਂਟਰ ਕਰਾਂਗੇ। ਅਸੀਂ ਸਰਕਾਰ ਤੋਂ ਇਨਫੋਰਮੇਸ਼ਨ ਦਿੱਤੀ ਹੈ ਕਿ ਅਸੀਂ ਜੰਤਰ ਮੰਤਰ 'ਤੇ ਆਉਣਾ, ਸਾਨੂੰ ਉੱਥੇ ਜਗ੍ਹਾ ਪ੍ਰੋਵਾਈਡ ਕਰਵਾਵੇ ਸਰਕਾਰ। ਜੇ ਕੋਈ ਆਖੇ ਵੀ ਅਸੀਂ ਬੈਰੀਕੇਡ ਲਾ ਕੇ ਧੱਕੇ ਨਾਲ ਜਾਂ ਪਾਣੀ ਦੀਆਂ ਬੁਸ਼ਾਰਾਂ ਮਾਰ ਕੇ ਜਾਂ ਲੋਕਾਂ ਦੇ ਉੱਤੇ ਅਥਰੂਗਾਜ ਛੱਡ ਕੇ ਜਾਂ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਕੇ ਲੋਕਾਂ ਰੋਕ ਲਾਂਗੇ, ਇਹ ਮੈਨੂੰ ਲੱਗਦਾ ਸਰਕਾਰ ਦਾ ਵਹਿਮ ਹੈ। ਅੱਜ ਜੇ ਸਾਡਾ ਪ੍ਰਧਾਨ ਮੰਤਰੀ ਸਾਡਾ ਵਾਅਦਾ ਕਰਕੇ ਮੋਰਚੇ 'ਚੋਂ ਭੱਜਦੇ ਸਾਡੇ ਨੂੰ, ਤਾਂ ਮੈਨੂੰ ਲੱਗਦਾ ਲੋਕਾਂ ਦਾ ਗੁੱਸਾ ਜਿਹੜਾ ਉਹ ਹੋਰ ਜ਼ਿਆਦਾ ਵਧੂਗਾ। ਇੱਕ ਵੱਡਾ ਕਿਸਾਨ ਅੰਦੋਲਨ, ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਕਿਵੇਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਨੇ ਇੱਕ ਲੰਮਾ ਸਮਾਂ ਇੱਕ ਐਸਾ ਧਰਨਾ ਦਿੱਤਾ ਜਿਸ ਨੂੰ ਸ਼ਾਇਦ ਲੰਬੇ ਸਮੇਂ ਤੱਕ ਯਾਦ ਕੀਤਾ ਜਾਏਗਾ, ਅਤੇ ਕਿਵੇਂ ਦਿੱਲੀ ਦੀ ਸਰਕਾਰ ਨੇ ਵਾਰੀ ਵਾਰੀ ਮੀਟਿੰਗਾਂ ਕੀਤੀਆਂ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਮੰਗਾਂ ਦਾ ਕੀ ਹੋਇਆ, ਉਹ ਚੀਜ਼ਾਂ ਕਿਉਂ ਲਟਕੀਆਂ, ਉਹ ਇੱਕ ਵੱਖਰਾ ਮੁੱਦਾ ਹੈ। ਪਰ ਹੁਣ ਇੱਕ ਵਾਰ ਕਿਸਾਨ ਫਿਰ ਤੋਂ ਦਿੱਲੀ ਕੂਚ ਕਰਨ ਦੀ ਤਿਆਰੀ ਦੇ ਵਿੱਚ ਨੇ ਅਤੇ ਕਹਿੰਦੇ ਨੇ ਕਿ ਇਸ ਵਾਰ ਲੜਾਈ ਆਰ ਜਾਂ ਪਾਰ ਦੀ ਹੋਵੇਗੀ, ਪਹਿਲਾਂ ਵਾਂਗ ਭਰੋਸਾ ਦਿੱਤਿਆਂ ਗੱਲ ਨਹੀਂ ਨਿਬੜਨੀ। ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ। ਡੱਲੇਵਾਲ ਸਾਹਿਬ, ਇੱਕ ਵਾਰੀ ਫਿਰ ਤੋਂ ਦਿੱਲੀ ਕੂਚ ਕਰਨ ਦੀ ਤਿਆਰੀ 13 ਫਰਵਰੀ। ਦੇਖੋ, ਗੱਲ ਇਹ ਹੈ, ਜਦੋਂ ਸਰਕਾਰ ਨੇ ਸਾਡੇ ਨਾਲ ਭਰੋਸਾ ਦਿੱਤਾ, ਸਾਨੂੰ ਤੁਸੀਂ ਗੱਲ ਕੀਤੀ ਹੈ, ਭਰੋਸਾ ਦਿੱਤਿਆਂ ਅੱਜ ਸਰਕਾਰ ਜਾਣ ਲੱਗੀ ਹੈ, ਟਾਈਮ ਪੂਰਾ ਹੋ ਗਿਆ, ਟਰਮ ਪੂਰੀ ਕਰ ਲਈ। ਅੱਜ ਸਰਕਾਰ ਨੂੰ ਆਪਣੇ ਆਪ ਜਿਹੜਾ ਭਰੋਸਾ ਦਿੱਤਾ ਸੀ ਉਹ ਪੂਰਾ ਕਰ ਦੇਣਾ ਚਾਹੀਦਾ ਸੀ। ਅਗਰ ਉਹ ਭਰੋਸਾ ਨਹੀਂ ਪੂਰਾ ਕੀਤਾ ਤਾਂ ਲੋਕਾਂ ਦੀ ਲੋੜ, ਅਨਸਰ ਦੀ ਲੋੜ ਬਣੀ ਹੈ ਕਿ ਲੋਕ ਦਿੱਲੀ ਵੱਲ ਨੂੰ ਜਾਣ। ਸਰਕਾਰ ਨੇ ਭਰੋਸਾ ਲੋਕਾਂ ਨੂੰ ਇਹ ਵੀ ਦਿੱਤਾ ਸੀਗਾ ਕਿ ਸਾਨੂੰ ਤੁਸੀਂ ਚੋਣਾਂ ਦੇ ਵਿੱਚ ਜਿਤਾ ਕੇ ਸੱਤਾ ਦਿਓ, ਅਗਰ ਸਾਨੂੰ ਸੱਤਾ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਕਰਾਂਗੇ, ਨਾਲ ਦੀ ਨਾਲ ਅਸੀਂ ਤੁਹਾਡਾ ਕਰਜ਼ ਮੁਕਤੀ ਕਰਾਂਗੇ। ਨਾਲ ਇਹ ਗੱਲ ਹੋਰ ਤੁਹਾਨੂੰ ਬਹੁਤ ਵੱਡੀ ਇੰਪੋਰਟੈਂਟ ਮੈਂ ਦੱਸਾਂ ਕਿ ਭਾਏ ਹੀ ਬੀਜੇਪੀ ਜਦੋਂ ਚੋਣਾਂ ਤੋਂ ਬਾਹਰ ਸੀ, ਲੋਕਾਂ ਨਾਲ ਵਾਅਦਾ ਕਰਦੀ ਰਹੀ ਹੈ ਕਿ ਭਾਰਤ WTO ਦੇ ਵਿੱਚੋਂ ਬਾਹਰ ਕੱਢਾਂਗੇ ਸੀ ਭਾਰਤ ਨੂੰ, ਜਿਹੜਾ ਇਹ ਜਿਹੜਾ ਸਾਰੇ ਪੁਆੜਿਆਂ ਦੀ ਜੜ੍ਹ ਹੈ ਉਹ WTO ਹੈ। ਇਹ ਸਾਰੀਆਂ ਮੰਗਾਂ ਅੱਜ ਉਹ ਸਰਕਾਰ ਨੇ ਵਾਅਦਾ ਕੀਤਾ ਲੋਕਾਂ ਨਾਲ, ਜੇ ਉਹ ਵਾਅਦਾ ਕੀਤਾ ਤਾਂ ਅੱਜ ਲੈ ਕੇ ਜਾਣਾ ਉਹ ਸਰਕਾਰ ਦੇ ਦਰ 'ਤੇ ਸਾਡੀ ਇੱਕ ਮਤਲਬ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਅਸੀਂ ਕਿਸਾਨਾਂ ਨੂੰ ਰੀਪ੍ਰਜੈਂਟ ਕਰਦੇ ਹਾਂ, ਉਹਨਾਂ ਦੇ ਰੀਪ੍ਰਜੈਂਟੇਟਿਵ ਹੈ, ਅਤੇ ਉਹ ਸਾਡਾ ਫਰਜ਼ ਹੀ ਬਣਦਾ ਕਿ ਲੋਕਾਂ ਦੀ ਗੱਲ ਲੈ ਕੇ ਜਾਈਏ। ਉਹਦੇ 'ਚੋਂ ਅਸੀਂ ਦਿੱਲੀ ਵੱਲ ਨੂੰ ਦੁਬਾਰਾ 13 ਫਰਵਰੀ ਕੂਚ ਦਾ ਐਲਾਨ ਕੀਤਾ। ਤੁਸੀਂ ਐਲਾਨ ਕਰਤਾ, ਪਹਿਲਾਂ ਤੁਸੀਂ ਕਈ ਮੀਟਿੰਗਾਂ ਹੋਈਆਂ, ਸਰਕਾਰ ਤੱਕ ਸੁਨੇਹਾ ਪਹੁੰਚ ਗਿਆ ਹੋਣਾ ਕਿ ਕਿਸਾਨ ਤਿਆਰੀ ਦੇ ਵਿੱਚ ਨੇ, ਤਾਂ ਤੁਹਾਡੀ ਤਿਆਰੀ ਨੂੰ ਦੇਖਦਿਆਂ ਕੋਈ ਸਰਕਾਰ ਨੇ ਉਸ ਸੰਘਰਸ਼ ਤੋਂ ਪਹਿਲਾਂ ਕੋਈ ਗੱਲਬਾਤ ਤੁਹਾਡੇ ਨਾਲ ਤੋਰੀ, ਕੋਈ ਸੁਨੇਹਾ ਭੇਜਿਆ ਕਿ ਭਾਈ ਰਹਿਣ ਦਿਓ, ਅੱਗੇ ਤੁਸੀਂ ਦਿੱਲੀ ਆ ਗਏ ਸੀ ਤੇ ਮੁੜਨੇ ਔਖੇ ਹੋ ਗਏ ਸੀ, ਕੋਈ ਉਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ? ਦੇਖੋ, ਜਿਹੜੀਆਂ ਜੇ ਆਪਾਂ ਇਹ ਦੇਖਿਆ ਜਾਏ ਤਾਂ ਜਿਹੜੀ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਆ ਡਿਕਟੇਟਰਸ਼ਿਪ ਵਾਲਾ। ਡਿਕਟੇਟਰਸ਼ਿਪ ਛੇਤੀ ਕੀਤੇ ਲੋਕਾਂ ਨਾਲ ਗੱਲ ਕਰਨੀ ਵਾਜਬ ਨਹੀਂ ਸਮਝਦਾ ਹੁੰਦਾ। ਤੁਸੀਂ ਉਦੋਂ ਵੀ ਦੇਖਿਆ ਮੁੱਖ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਏਡੇ ਵੱਡਾ ਕਿਸਾਨ ਅੰਦੋਲਨ ਚੱਲਿਆ, ਕਿਸਾਨ ਸੰਗਠਨਾਂ ਨਾਲ ਬਹਿ ਕੇ ਗੱਲ ਨਹੀਂ ਕੀਤੀ, ਮੀਟਿੰਗ ਨਹੀਂ ਕੀਤੀ ਪ੍ਰਧਾਨ ਮੰਤਰੀ ਨੇ। ਜੇ ਵੱਡਾ ਦਿਲ ਵਿਖਾ ਕੇ ਪ੍ਰਧਾਨ ਮੰਤਰੀ ਨੂੰ ਖੁਦ ਨੂੰ ਮੀਟਿੰਗ ਕਰਨੀ ਚਾਹੀਦੀ ਸੀ ਕਿ ਭਾਈ ਤੁਸੀਂ ਆ ਰਹੇ ਹੋ, ਮੈਂ ਆ ਗਿਆ, ਦੱਸੋ ਕੀ ਹੈ, ਇਹਦਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ, ਲੇਕਿਨ ਉਦੋਂ ਨਹੀਂ ਕੀਤੀ। ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਸਾਡਾ ਪ੍ਰਧਾਨ ਮੰਤਰੀ ਅਹੰਕਾਰੀ ਹੈ, ਇਹ ਡਿਕਟੇਟਰ ਹੈ, ਇਹਨੇ ਸਾਡੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਗੋਂ ਮਤਲਬ ਸ਼ੜਯੰਤਰ ਰਚਨੇ ਸ਼ੁਰੂ ਕੀਤੇ ਉਸ ਵੇਲੇ ਵੀ, ਤੇ ਅੱਜ ਵੀ ਉਹ ਕੁਝ ਹੋ ਸਕਦਾ ਹਜੇ ਤੱਕ ਨਹੀਂ ਤਾਂ ਤੁਸੀਂ ਅਸੀਂ 7 ਨਵੰਬਰ ਨੂੰ
ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਸਰਕਾਰ ਤੱਕ ਮੈਸੇਜ ਪਹੁੰਚਦਾ ਕੀਤਾ ਹੈ। ਅੱਜ ਤੱਕ ਸਰਕਾਰ ਨੇ ਸਾਨੂੰ ਕਦੇ ਆਵਾਜ਼ ਤੱਕ ਨਹੀਂ ਮਾਰੀ ਕਿ ਆਓ ਭਾਈ ਬਹਿ ਕੇ ਗੱਲ ਕਰੀਏ। ਕੋਈ ਸੁਨੇਹਾ ਤੁਹਾਡੇ ਲਈ ਸਰਕਾਰ ਦੇ ਵੱਲੋਂ ਨਹੀਂ ਆਇਆ ਤਾਂ ਕੀ ਰੂਪਰੇਖਾ ਫਿਰ ਤਿਆਰ ਕੀਤੀ ਹੈ, ਕਿਸ ਤਰ੍ਹਾਂ ਦਾ ਅੰਦੋਲਨ ਰਹਿਣਾ ਤੇ ਕਿੱਥੋਂ ਕਿੱਥੋਂ ਦਿੱਲੀ ਵਾਲੇ ਪਾਸੇ ਨੂੰ ਕਿਸਾਨਾਂ ਨੇ ਵਧਣ ਦੀ ਤਿਆਰੀ ਕਰ ਲਈ ਹੈ, ਇਹ ਵੀ ਸੁਨੇਹਾ ਦੱਸ ਦਿਓ ਸਰਕਾਰ। ਦੇਖੋ, ਸਰਕਾਰ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇੱਕ ਤਾਂ ਇਹ ਆ ਕਿ ਲੋਕਾਂ ਨੇ ਲੜਨ ਦਾ ਵੱਲ ਸਿੱਖ ਲਿਆ, ਲੋਕਾਂ ਨੂੰ ਜਿੱਤਣ ਦਾ ਵੱਲ ਆ ਗਿਆ ਵੀ ਕਿਵੇਂ ਜਿੱਤਿਆ ਜਾਂਦਾ। ਪਿਛਲੀ ਵਾਰੀ ਵਾਲੀ ਉਹ ਟ੍ਰੇਨਿੰਗ ਸੀ, ਸਾਰੀ ਟ੍ਰੇਨਿੰਗ ਹੋ ਗਈ, ਕਲੀਅਰ ਹੋ ਗਈ ਲੋਕਾਂ ਦੀ। ਇਸ ਵਾਰੀ ਜਦੋਂ ਅਸੀਂ ਸੁਨੇਹਾ ਦਿੱਤਾ, 13 ਫਰਵਰੀ ਦਾ ਸੁਨੇਹਾ ਆਇਆ, ਲੋਕ ਆਪਣੇ ਆਪ ਉੱਠ ਕੇ ਖੜੇ ਹੋ ਗਏ ਨਾ। ਆਪਾਂ ਦੇਖ ਰਹੇ ਹਾਂ, ਪਿਛਲੀ ਵਾਰੀ ਹਰਿਆਣਾ ਬਹੁਤ ਮਗਰੋਂ ਤੁਰਿਆ, ਇਸ ਵਾਰੀ ਹਰਿਆਣੇ ਦੇ ਵਿੱਚ ਬੜੇ ਵੱਡੇ ਟਰੈਕਟਰ ਮਾਰਚ ਹੋ ਰਹੇ ਨੇ। ਫਤਿਹਾਬਾਦ 'ਚ ਟਰੈਕਟਰ ਮਾਰਚ ਹੋਇਆ, ਅੰਬਾਲਾ 'ਚ ਟਰੈਕਟਰ ਮਾਰਚ ਹੋਇਆ, ਆ ਪਿਛਲੇ ਦਿਨਾਂ ਦੇ ਵਿੱਚ ਨਾਰਨੌਦ ਦੇ ਵਿੱਚ ਸਾਰੇ ਏਰੀਏ 'ਚ ਬਹੁਤ ਵੱਡੀ ਇੱਕ ਮਤਲਬ ਕਾਨਫਰੰਸ ਹੋ ਕੇ ਹਟੀ ਹੈ। ਤੋ ਇਹਦਾ ਮਤਲਬ ਹਰਿਆਣਾ ਪਹਿਲਾਂ ਹੀ ਉਬਲ ਰਿਹਾ। ਤੋ ਇਹ ਜਿਹੜੀ ਐਤਕੀ ਤਿਆਰੀ ਹੈ ਸਾਡੀ, ਪਹਿਲਾਂ ਨਾਲੋਂ ਟਰੈਕਟਰਾਂ ਦੀ ਗਿਣਤੀ ਵੀ ਵਧੂਗੀ, ਤੁਸੀਂ ਦੇਖੋਗੇ। ਰਿਹਾ ਗੱਲ ਅਸੀਂ ਜਾਣਾ ਕਿੱਥੋਂ ਦੀ ਹੈ, ਉਹ ਸ਼ੰਭੂ ਬਾਰਡਰ ਸਾਡਾ ਪੰਜਾਬ ਦਾ ਜਿਹੜਾ ਮੇਨ ਬਾਰਡਰ ਹੈ, ਨਾਲ ਖਨੌਰੀ ਬਾਰਡਰ ਸਾਡਾ ਪੰਜਾਬ ਦਾ ਬਾਰਡਰ ਹੈ, ਔਰ ਅਗਲੇ ਪਾਸੇ ਸਾਡਾ ਡੱਬ ਵਾਲੀ ਪੰਜਾਬ ਤੇ ਹਰਿਆਣੇ ਦਾ ਰਾਜਸਥਾਨ ਦਾ ਦੋਵਾਂ ਦਾ ਸਾਂਝਾ ਬਾਰਡਰ ਪੈਣਾ। ਇਹਨਾਂ ਤਿੰਨਾਂ ਬਾਰਡਰਾਂ ਤੋਂ ਅਸੀਂ ਮਤਲਬ ਹਰਿਆਣੇ ਦੇ ਵਿੱਚ ਐਂਟਰ ਕਰਾਂਗੇ। ਅੱਛਾ, ਅੱਗੇ ਤੁਹਾਡੀ ਤਿਆਰੀ ਕੀ ਹੈ, ਦਿੱਲੀ ਕਿੱਥੇ ਪਹੁੰਚ ਕੇ ਪਲੈਨਿੰਗ ਹੈ ਤੁਹਾਡੀ, ਕਿ ਉੱਥੇ ਜਾ ਕੇ ਡੇਰਾ ਲਾ ਲੈਣਾ ਤੇ ਫਿਰ ਜਿੰਨੀ ਦੇਰ ਸਰਕਾਰ ਮੰਨਦੀ ਨਹੀਂ ਉੱਥੋਂ ਨਹੀਂ ਹਿੱਲਣਾ? ਦੇਖੋ, ਸਾਡੀ ਤਿਆਰੀ ਇਹ ਹੈ ਕਿ ਅਸੀਂ ਸਰਕਾਰ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਅਸੀਂ ਜੰਤਰ ਮੰਤਰ ਤੇ ਆਉਣਾ, ਸਾਨੂੰ ਉੱਥੇ ਜਗ੍ਹਾ ਪ੍ਰੋਵਾਈਡ ਕਰਵਾਵੇ ਸਰਕਾਰ, ਕਿਉਂਕਿ ਦੇਸ਼ ਇੱਕ ਲੋਕਤੰਤਰਕ ਢਾਂਚਾ ਹੈ। ਲੋਕਤੰਤਰ ਰਾਜ ਦੇ ਵਿੱਚ ਹਰ ਵਿਅਕਤੀ ਦਾ ਆਪਣਾ ਪ੍ਰੋਟੈਸਟ ਕਰਨਾ, ਆਪਣੀ ਗੱਲ ਰੱਖਣਾ ਰਾਈਟ ਬਣਦਾ, ਉਸੇ ਦੇ ਉੱਤੇ ਚੱਲਦਿਆਂ ਅਸੀਂ ਮਤਲਬ ਸਰਕਾਰ ਨੂੰ ਇਹ ਮੈਸੇਜ ਦਿੱਤਾ ਵਾ। ਤੁਸੀਂ ਮੈਸੇਜ ਦਿੱਤਾ, ਪਰ ਤੁਹਾਨੂੰ ਮੈਨੂੰ ਲੱਗਦਾ ਕਿ ਤੁਹਾਡਾ ਵੀ ਮਨ ਕਹਿੰਦਾ ਹੋਣਾ ਜਾਂਚ ਸ਼ਾਇਦ ਜੰਤਰ ਮੰਤਰ ਤੀਕਰ ਨਾ ਜਾਣ ਦਿੱਤਾ ਜਾਵੇ। ਜੇ ਬੈਰੀਕੇਡ ਲਾ ਕੇ ਇਹਨਾਂ ਬਾਰਡਰਾਂ ਤੇ ਰੋਕ ਲਿਆ, ਕਿਉਂਕਿ ਪਿਛਲੀ ਵਾਰੀ ਜਦੋਂ ਗਾਂਹ ਲੰਘ ਗਏ ਤੇ ਫਿਰ ਸਰਕਾਰ ਦੇ ਹੱਥੋਂ ਗੱਲ ਨਿਕਲ ਗਈ ਸੀ, ਤੁਹਾਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਵਾਰ ਸ਼ਾਇਦ ਉਸ ਤੋਂ ਜ਼ਿਆਦਾ ਸ਼ਕਤੀ ਦੇ ਨਾਲ ਸਰਕਾਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇ, ਮਜ਼ਬੂਤ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕਰੇ? ਤੇ ਜੇ ਅੱਗੇ ਬੈਰੀਕੇਡ ਲੱਗ ਜਾਂਦੇ ਆ ਤਾਂ ਫਿਰ ਕਿਸਾਨਾਂ ਦਾ ਕੀ ਰੋਕ ਰਹੇਗਾ, ਬੈਰੀਕੇਡਾਂ ਤੇ ਰੁਕ ਜਾਓਗੇ? ਦੇਖੋ, ਕਦੇ ਮੈਨੂੰ ਤੁਸੀਂ ਤਾਂ 3 ਤਰੀਕ ਨੂੰ ਦੇਖਿਆ ਨਾ, ਭਗਵੰਤ ਮਾਨ ਦੇ ਘਰ ਵੱਲ ਨੂੰ ਆਉਣਾ ਸੀ ਲੋਕਾਂ ਨੇ, ਬੈਰੀਕੇਡ ਲੱਗੇ ਥਾਂ ਥਾਂ ਤੇ ਰੋਕਿਆ ਲੋਕਾਂ ਨੂੰ, ਲੇਕਿਨ ਲੋਕ ਨਹੀਂ ਰੁਕਦੇ ਹੁੰਦੇ। ਲੋਕਾਂ ਨੂੰ ਜਿਹੜਾ ਤਕਲੀਫ ਹੈ ਨਾ, ਉਹ ਤਕਲੀਫ ਦੇਣ ਵਾਲਾ ਜੇ ਕਹੇ ਕਿ ਮੈਂ ਤੈਨੂੰ ਇੱਥੇ ਆਉਣ ਹੀ ਨਹੀਂ ਦੇਣਾ ਘਰੇ ਨੂੰ, ਲੋਕਾਂ ਦਾ ਗੁੱਸਾ ਹੋਰ ਵੱਧ ਜਾਂਦਾ ਹੁੰਦਾ। ਤਕਲੀਫ ਦੇਣ ਵਾਲਾ ਜੇ ਮਰਮ ਦੀ ਡੱਬੀ ਲੈ ਕੇ ਨੇੜੇ ਹੋਵੇ ਨਾ ਕਿ ਭਾਈ ਤੈਨੂੰ ਤਕਲੀਫ ਆਈ ਹੈ, ਮੈਂ ਮਰਮ ਲਾਉਣਾ, ਤੂੰ ਖੜ ਇੱਥੇ, ਫਿਰ ਤਾਂ ਲੋਕ ਖੜ ਜਾਂਦੇ ਹੁੰਦੇ ਆ। ਲੇਕਿਨ ਜੇ ਕੋਈ ਆਖੇ ਵੀ ਅਸੀਂ ਬੈਰੀਕੇਡ ਲਾ ਕੇ ਧੱਕੇ ਨਾਲ ਜਾਂ ਪਾਣੀ ਦੀਆਂ ਮਿਸ਼ਾਰਾਂ ਮਾਰ ਕੇ ਜਾਂ ਲੋਕਾਂ ਦੇ ਉੱਤੇ ਅਥਰੂ ਗਾਜ ਛੱਡ ਕੇ ਜਾਂ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਕੇ ਲੋਕਾਂ ਨੂੰ ਰੋਕ ਲਾਂਗੇ, ਇਹ ਮੈਨੂੰ ਲੱਗਦਾ ਸਰਕਾਰ ਦਾ ਵਹਿਮ ਹੈ। ਇਹ ਪਰੇ ਭਰਮ ਹੁੰਦੇ ਨੇ ਸਰਕਾਰਾਂ ਦੇ, ਲੋਕਾਂ ਦੀਆਂ ਲਹਿਰਾਂ ਜਿਹੜੀਆਂ ਉਹ ਐਂ ਰੋਕਿਆ ਰੁਕਦੀਆਂ ਨਹੀਂ ਹੁੰਦੀਆਂ। ਯਾਨੀ ਬੈਰੀਕੇਡ ਟੁੱਟਣਗੇ, ਆਮਣੇ ਸਾਹਮਣੇ ਦੀ ਸਥਿਤੀ ਪੈਦਾ ਹੋਵੇਗੀ, ਕਰੀਬ ਕਰੀਬ ਤੈਅ ਮੰਨਿਆ ਜਾਵੇ। ਆ ਦੇਖੋ, ਸਾਡਾ ਕੋਈ ਨਿਸ਼ਾਨਾ ਨਹੀਂ, ਮੈਂ ਪਹਿਲਾਂ ਹੀ ਗੱਲ ਕਰਦਾ, ਅਸੀਂ ਤਾਂ ਪੀਸਫੁਲੀ ਜਾਣ ਵਾਲੇ ਬੰਦੇ ਆ। ਦੇਖੋ, ਸਾਡੀ ਰਾਜਧਾਨੀ ਆ, ਰੁਕਿਆ ਤਾਂ ਖੜਨਾ ਨਹੀਂ। ਦੇਖੋ, ਕਿਉਂ ਸਾਨੂੰ ਰੁਕਿਓ ਨਹੀਂ ਸਾਡੀ ਰਾਜਧਾਨੀ ਜਾਣ ਦਿੱਤਾ ਜਾਂਦਾ? ਸਾਨੂੰ ਜੇ ਸਾਨੂੰ ਨਹੀਂ ਜਾਣ ਦੇਣਾ ਚਾਹੁੰਦੀ ਸਰਕਾਰ ਤੇ ਸਰਕਾਰ ਸਾਡੇ ਨਾਲ ਗੱਲ ਕਰ ਲੇ, ਹਜੇ ਟਾਈਮ ਹੈਗਾ, ਸਰਕਾਰ ਸਾਨੂੰ ਮਸੱਦਾ ਦੇਵੇ, ਗੱਲ ਕਰੇ, ਬਹਿ ਗਏ ਅੱਗੇ, ਔਰ ਅਸੀਂ ਗੱਲ ਕਰਨ ਨੂੰ ਤਿਆਰ ਹੈ। ਗੱਲਬਾਤ ਹੋ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਬੈਰੀਕੇਡ ਟੁੱਟਣਗੇ। ਗੱਲ ਵੀ ਨਾ ਕਰੇ, ਦਿੱਲੀ ਵੀ ਨਾ ਆਉਣ ਦੇਵੇ, ਸਾਡੀਆਂ ਮੰਗਾਂ ਵੀ ਨਾ ਮੰਨੇ, ਵਾਅਦੇ ਕਰਕੇ ਵੀ ਮੁੱਕਰ ਜੇ, ਫਿਰ ਤਾਂ ਮਕਸਦ ਉਹਨੂੰ ਬਖਸ਼ਿਆ ਨਹੀਂ ਨਾ ਜਾ ਸਕਦਾ, ਫਿਰ ਤਾਂ ਉਹਨੇ ਜਾਂਦੇ ਚੋਰ ਦੀ ਪੱਗ ਵਾਲੀ ਗੱਲ ਹੈ, ਭੱਜੇਗਾ ਕਿੱਧਰ? ਤੂੰ ਸਾਡੇ ਨਾਲ ਵਾਅਦਾ ਕੀਤਾ ਯਾਰ, ਸਾਥੋਂ ਵੋਟਾਂ ਲਈਆਂ, ਤੂੰ ਸਾਡੇ ਨਾਲ ਵਾਅਦਾ ਕੀਤਾ, ਸਾਡਾ ਮੋਰਚਾ ਚੁਕਵਾਇਆ ਹੈ। ਅੱਜ ਜੇ ਸਾਡਾ ਪ੍ਰਧਾਨ ਮੰਤਰੀ ਸਾਡੇ ਨਾਲ ਵਾਅਦਾ ਕਰਕੇ ਮੋਰਚੇ ਚੋਂ ਭੱਜਦੇ ਸਾਡੇ ਨੂੰ, ਤਾਂ ਮੈਨੂੰ ਲੱਗਦਾ ਲੋਕਾਂ ਦਾ ਗੁੱਸਾ ਜਿਹੜਾ
ਉਹ ਹੋਰ ਜ਼ਿਆਦਾ ਵਧੂਗਾ, ਘਟਣਾ ਨਹੀਂ। ਅਖੀਰ ਦੇ ਵਿੱਚ ਮੁੱਖ ਮੰਗਾਂ ਜਿਨ੍ਹਾਂ ਤੇ ਪੇਚ ਫਸਿਆ, ਜਿਨ੍ਹਾਂ ਨੂੰ ਲੈ ਕੇ ਇਹ ਸਾਰੀ ਤਿਆਰੀ ਕੀਤੀ ਹੈ, ਮੁੱਖ ਤੌਰ ਤੇ ਜਿਹੜੀਆਂ ਆਪਾਂ 4-5 ਮੰਗਾਂ ਦੀ ਗੱਲ ਕਰ ਲਈਏ ਕਿ ਉਹਨਾਂ ਤੇ ਜੇ ਸਹਿਮਤੀ ਬਣਦੀ ਹੈ ਤਾਂ ਸੰਘਰਸ਼ ਰੁਕ ਜਾਏਗਾ? ਦੇਖੋ, ਪਹਿਲੀ ਤਾਂ ਗੱਲ ਹੈ ਕਿ ਮੰਗ ਛੋਟੀ ਹੈ ਕੋਈ ਨਹੀਂ। ਅਗਰ MSP ਦੀ ਗਰੰਟੀ ਦਾ ਕਾਨੂੰਨ ਮਿਲ ਜਾਂਦਾ ਤਾਂ ਕਾਫੀ ਸਾਰੇ ਮਸਲੇ ਹੱਲ ਹੋ ਜਾਂਦੇ ਆ। ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋ ਜਾਂਦੀ ਹੈ ਤੇ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਆ। ਕਿਸਾਨਾਂ ਦੀ ਕਰਜ਼ ਮੁਕਤੀ ਹੋ ਜਾਂਦੀ ਹੈ ਤੇ ਵੱਡੀਆਂ ਮੰਗਾਂ ਨੇ, ਇਹ ਹੱਲ ਹੁੰਦੀਆਂ ਨੇ। ਔਰ ਦੂਸਰੀ ਗੱਲ ਹੈ ਕਿ ਜਿਹੜਾ ਸਰਕਾਰ ਪਿੱਛੇ WTO ਦੇ ਦਬਾਅ ਥੱਲੇ ਆ ਕੇ ਇੰਪੋਰਟ ਡਿਊਟੀ ਸਾਡੀ ਕਣਕ ਤੋਂ ਜਾਂ ਹੋਰ ਫਸਲਾਂ ਤੋਂ ਘਟਾਉਣ ਜਾਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਇਨਡਾਇਰੈਕਟ ਢੰਗ ਨਾਲ ਸਾਡੀ ਮੰਡੀ ਬਰਬਾਦ ਕਰਨ ਦੀ ਕੋਸ਼ਿਸ਼ ਹੈ, ਜਿਹਨੂੰ ਕਤਈ ਇਹ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਔਰ ਇਸ ਇਹੋ ਜਿਹੀਆਂ ਮੰਗਾਂ ਜਿਵੇਂ WTO ਜੋ ਭਾਰਤ ਬਾਹਰ ਆਵੇ, ਇਹ ਬਹੁਤ ਜ਼ਰੂਰੀ ਹੈ। ਤਾਂ ਇਹ ਸਾਰੀਆਂ ਮੰਗਾਂ ਜਿਹੜੀਆਂ ਅਸੀਂ ਲੈ ਕੇ ਦਿੱਲੀ ਵੱਲ ਜਾ ਰਹੇ ਹਾਂ, ਔਰ ਇਹਦੇ ਨਾਲ ਹੋਰ ਬਹੁਤ ਸਾਰੀਆਂ 7-8 ਮੰਗਾਂ ਟੋਟਲ ਨੇ ਸਾਰੀਆਂ ਜਿਹੜੀਆਂ ਲੈ ਕੇ ਅਸੀਂ ਦਿੱਲੀ ਜਾਵਾਂਗੇ। ਤਾਂ ਆਰ ਪਾਰ ਦੀ ਲੜਾਈ ਲੜਨ ਦੇ ਲਈ ਇਸ ਵਾਰ ਕਿਸਾਨ ਤਿਆਰ ਹੋ ਗਏ ਨੇ। ਕਹਿੰਦੇ ਨੇ ਕਿ ਪਿਛਲੀ ਵਾਰ ਭਰੋਸਾ ਲੈ ਕੇ ਵਾਪਸ ਆ ਗਏ ਸੀ, ਪਰ ਇਸ ਵਾਰ ਭਰੋਸੇ ਨਾਲ ਗੱਲ ਨਹੀਂ ਬਣਨੀ, ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣਗੀਆਂ, ਜੰਤਰ ਮੰਤਰ ਤੇ ਜਾਣ ਦੀ ਤਿਆਰੀ ਹੈ। ਪਰ ਕਹਿੰਦੇ ਨੇ ਕਿ ਜੇ ਕਿਤੇ ਰਸਤੇ 'ਚ ਬੈਰੀਕੇਡ ਲਾ ਕੇ ਰੋਕਣਾ ਚਾਹੇਗੀ ਸਰਕਾਰ ਤਾਂ ਬੈਰੀਕੇਡ ਟੁੱਟਣਗੇ, ਕਿਉਂਕਿ ਕਿਸਾਨ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਤਿਆਰੀ ਦੇ ਨਾਲ ਦਿੱਲੀ ਵੱਲ ਵਧਣਗੇ ਤੇ ਟੀਚਾ ਦਿੱਲੀ ਦੇ ਜੰਤਰ ਮੰਤਰ ਤੇ ਜਾ ਕੇ ਧਰਨਾ ਦੇਣਾ, ਪ੍ਰਦਰਸ਼ਨ ਕਰਨਾ ਤੇ ਮੰਗਾਂ ਮਨਵਾਉਣਾ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।